बिस्मिल्लाहिर्रहमानिर्रहीम अस्सलाम वालेकुम मेरे प्यारे भाइयों, अल्लाह ताला तुहानू खुश रखे, शाद आबाद रखे। इस दुआ दे नाल अज दी वीडियो शुरू करते हैं। अज दी वीडियो विच मैं और भाभी मेरा चले हैं बाजार और घर दे शॉपिंग वगैरह करनी सी। शान अली दी सालगिरह करनी ते इस वास्ते माशाल्लाह मैं ते और भाभी मेरा शॉपिंग करन जा रहे हैं ते मिस्त्री भाई लगे हुए हैं ते फरहान दे पापा नहीं आएंगे और मैं भाभी मेरा जाऊंगी। ਤਿਆਰ ਰੱਖੀ ਕਰ ਲਈ ਹੈ, ਮੇਰਾ ਭਾਬੀ ਵੀ ਆ ਗਿਆ ਤੇ ਹੁਣ ਰਕਸ਼ਾ ਵੀ ਬਾਹਰ ਆ ਗਿਆ ਤੇ ਅਸੀਂ ਜਾਣੇ ਹਾਂ। ਚਲੋ ਮੈਂ ਹੁਣ ਕੱਪੜੇ ਵਾਲੀ ਦੁਕਾਨ ਤੇ ਇੱਥੋਂ ਬੱਚਿਆਂ ਦੇ ਕੱਪੜੇ ਲੈਣੇ ਆ, ਪੈਂਟ ਸ਼ਰਟ ਲਵਾਂਗੇ। ਇੱਥੋਂ ਲਏ ਆ ਪੌਣੇ, ਬਹੁਤ ਪਿਆਰੇ ਕਲਰ ਸੀ, ਦੋ ਪੌਣੇ ਲੈ ਲਏ। ਹੁਣ ਲੈਣ ਲੱਗੇ ਰਿਹਾਨ ਦਾ ਸੂਟ, ਇਹ ਵਾਲੀ ਪਣ ਪਸੰਦ ਕੀਤੀ ਹੈ, ਇਹ ਵਾਲੀ ਸ਼ਰਟ ਮੇਰਾ ਪਿਆਰੀ ਹੈ ਨਾ, ਪਿਆਰੀ ਆ। ਇਹ ਵਾਲਾ ਰਿਹਾਨ ਦੀ ਪੈਂਟ ਸ਼ਰਟ ਪੈਕ ਕਰਵਾ ਲਈ ਤੇ ਹੁਣ ਚੱਲਦੇ ਹਾਂ ਅਸੀਂ ਘਰ। ਅਸੀਂ ਆ ਗਏ ਮਨਿਆਰੀ ਵਾਲੀ ਦੁਕਾਨ ਤੇ, ਇੱਥੋਂ ਪਸੰਦ ਕਰਦੇ ਹਾਂ ਕਿਹੜੀ ਕਿਹੜੀ ਚੀਜ਼ ਲੈਣੀ ਹੈ। ਇਹ ਵਾਲੇ ਪਰਸ ਮੈਨੂੰ ਬਹੁਤ ਪਸੰਦ ਆਏ, ਇੱਕ ਪਰਸ ਲਵਾਂਗੀ। ਕਿੰਨੇ ਸਾਲ ਬੱਚਾ ਮੈਂ ਡਿੱਡਾ ਹੈਗਾ ਮੈਂ ਤੁਹਾਡਾ ਇੱਕ ਛੋਟਾ ਜਿਹਾ ਪਰਸ ਮੈਨੂੰ ਪਸੰਦ ਆਇਆ, ਇਹ ਲੈ ਲਓ। ਨਹੀਂ ਪੂਰਾ ਕਿੱਥੇ, ਤੈਨੂੰ ਪੂਰਾ ਹੋਵੇ ਇਹ ਤੇਰੇ ਮੈਸੇਜ ਲਾ ਮਾਣਾ ਤੇਰੇ ਸਾਹ ਅਦਰ ਇੱਕ ਤਾਂ ਪੂਰੇ ਆਂਦੀ ਪਈ ਆ, ਲੈ ਤੇ ਮੇਰੇ ਤੋਂ ਵੱਡੀ ਆ। ਛੋਟੀਆਂ ਛੋਟੀਆਂ ਬੱਚੀਆਂ ਦੀਆਂ ਫਰ ਛੋਟੀਆਂ ਛੋਟੀਆਂ ਫਰਾਕਾਂ ਕੀ ਨਾ ਆਇਆ, ਤੂੰ ਆਪਣੇ ਆਂਦੀ ਪੈਸੇ ਲੈ ਲਈ ਨਾ ਆਇਆ ਪੈਸੇ ਲੈ ਲਈ ਇੰਨਾ ਗੱਲ ਵੀ ਦੂਰ ਆਉਣਾ ਬਹੁਤ ਮੁਸ਼ਕਿਲ ਬਲਾ ਮਹੀਨੇ ਬਾਅਦ। ਹੁਣ ਵਾਰੀ ਆ ਗਈ ਫਰਹਾਨ ਅਲੀ ਦੀ, ਇਹ ਵਾਲਾ ਸੂਟ ਫਰਹਾਨ ਅਲੀ ਨੇ ਪਸੰਦ ਕੀਤਾ, ਬਹੁਤ ਪਿਆਰਾ ਲੱਗਿਆ ਸੀ ਮੈਨੂੰ। ਸਹੀ ਹੈ ਮੇਰਾ ਹੈ ਨਾ, ਬਹੁਤ ਪਿਆਰਾ ਵਾ। ਹਾਂਜੀ ਫਰਹਾਨ ਅਲੀ ਨੇ ਖਿਲੋਣਾ ਲਿਆ ਤੇ ਫਰਹਾਨ ਔਰ ਸ਼ਾਨ ਦਿਲਜੀਤ ਕਰਦੇ ਉਹਨਾਂ ਵਾਸਤੇ ਵੀ ਛੋਟੇ ਛੋਟੇ ਖਿਲੋਣੇ ਲਏ। ਸ਼ੋਪਿੰਗ ਕਰਕੇ ਘਰ ਪਹੁੰਚਿਆ ਹਾਂ, ਹੁਣ ਫਰਹਾਨ ਦੇ ਪਾਪਾ ਨੂੰ ਦਿਖਾਉਂਦੇ ਹਾਂ ਕਿ ਪਹਿਲੀ ਵਾਰੀ ਮੈਂ ਸ਼ੋਪਿੰਗ ਕਿਸ ਤਰ੍ਹਾਂ ਦੀ ਕੀਤੀ ਹੈ। ਆਂਟੀ ਕੋਲ ਵੀ ਇੱਡਾ ਵੱਡਾ ਛਾਪਰ, ਥੋੜੇ ਪੈਸੇ ਪਾਉਣੇ ਪਾਪਾ ਯਾਰ ਵਿੱਚ ਕੀ ਆ ਪਰਸ ਦੇ।
ਪਹਿਲੀ ਵਾਰੀ ਚਾਪਨ ਕਰਕੇ ਆਈ ਆ ਤੁਹਾਨੂੰ ਪਤਾ ਨਹੀਂ ਤੈਨੂੰ ਪਸੰਦ ਅੱਛਾ ਮਾਸ ਥਰਮਾਸ ਇਹ ਸੋਹਣਾ ਮਾਰਦਾ ਮੈਂ ਕਿਹਾ ਸੀ ਭਾਈ ਇਹ ਨਾ ਉਹ ਨਾ ਹੋਵੇ ਸ਼ੀਸ਼ਾ ਨਾ ਟੁੱਟੇ ਜਾਂ ਬੱਤੀ ਬਣਾ ਕੇ ਦੋ ਕਹਿੰਦੇ 3000 ਵਾਲੇ ਕਹਿ ਗਏ ਕਿ 1500 ਇਹ ਮੈਨੂੰ 1500 ਦਾ 800 ਦੇ ਵਿਖਾਉਂਦੇ ਸੀ ਬਹੁਤੇ ਤੇ ਇਹ ਮੈਂ ਕਿਹਾ ਸਰਕਾਰੀ ਨਾ
ਮੰਮੀ ਆ ਉੱਤੇ ਬਟਨ ਲੱਗਾ ਵਾ ਫਿਰ ਮੈਂ ਕਿਹਾ ਵੀ ਗਰੰਟੀ ਨਹੀਂ ਹੈਗੀ ਤੇ ਫਿਰ ਮੈਂ ਕਿਹਾ ਵੀ 1500 ਵਾਲਾ ਹੀ ਖਾਣੀ ਮਮਾ ਆਂਟੀ ਨੇ ਵੀ ਇੱਕ ਲਿਆ ਸੀ ਪਰਸ ਤੇ ਉਹਨੇ ਵੀ ਇੱਕ ਥਰਮਾਸ ਲਿਆ ਸੀ ਕਰਨਾ ਜੋ ਫਿਰ ਆ ਕੰਮ ਨਹੀਂ ਇਹ ਤੇ ਕੰਮ ਕਰਨਾ ਨਾਲ ਹੁੰਦੇ ਨੇ ਠੀਕ ਹੈ ਜੀ ਸਿੱਟੇ ਇਹ ਕਰੀ ਕਰੀ ਕਿਆ ਕਰੀ ਕੇ ਚਲੋ ਸਹੀ ਹੈ ਨਾ ਜਿੰਨਾ ਪਸੰਦ ਆਈਆਂ ਸਾਰੀ ਪਸੰਦ ਆਈਆਂ ਜਿੰਨਾ ਪਸੰਦ ਆਈਆਂ ਇਹ ਸੀ ਸਾਡੀ ਅੱਜ ਦੀ ਵੀਡੀਓ ਅਤੇ ਅਗਰ ਮੇਰੇ ਭੈਣ ਭਾਈਆਂ ਨੂੰ ਮੇਰੀ ਕੀਤੀ ਹੋਈ ਸ਼ੋਪਿੰਗ ਪਸੰਦ ਆਈ ਹੋਵੇ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ ਅਤੇ ਹੁਣ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼